ਪੰਜਾਬ ਦਿਨ ਪ੍ਰਤੀ ਦਿਨ ਅਰਾਜਕਤਾ ਵੱਲ ਵੱਧਦਾ ਜਾ ਰਿਹਾ। ਇੱਥੋਂ ਤੱਕ ਕਿ ਘਰ ਦੇ ਵਿੱਚ ਬੈਠਾ ਵਿਅਕਤੀ ਵੀ ਜਿਹੜਾ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝਦਾ। ਅੰਮ੍ਰਿਤਸਰ ਦੇ ਵਿੱਚ ਜਿਹੜਾ ਇੱਕ NRI ਆਪਣੇ ਘਰ 'ਚ ਬੈਠਾ ਸੀ, ਉਹਦੇ ਘਰ 'ਚ ਵੜ ਕੇ ਉਹਨੂੰ ਗੋਲੀਆਂ ਮਾਰੀਆਂ ਗਈਆਂ। ਇਹ ਆਪਣੇ ਆਪ 'ਚ ਦਰਸਾਉਂਦਾ ਕਿ ਜਿਹੜੇ ਅਪਰਾਧੀ ਜਿਹੜੇ ਆ ਉਹਨਾਂ ਦੇ ਕਿੰਨੇ ਹੌਸਲੇ ਬੁਲੰਦ ਹੈ। ਦਿਨ ਪ੍ਰਤੀ ਦਿਨ ਸ਼ਰੇਆਮ ਸੜਕਾਂ 'ਚ ਚੌਂਕਾਂ 'ਚ ਗੋਲੀ ਚਲਾਉਂਦੇ ਨੇ ਔਰ ਪੁਲਿਸ ਜਿਹੜੀ ਆ ਮੁੱਖ ਦਰਸ਼ਕ ਬਣ ਕੇ ਦੇਖ ਰਹੀ ਹੈ। ਔਰ ਮੈਂ ਜੇ ਕਹਾਂ ਕਿ ਇਹਦੇ ਵਿੱਚ ਬਿਨਾਂ ਸ਼ਹਿ ਤੋਂ ਕੋਈ ਇੰਨੀ ਹਿੰਮਤ ਨਹੀਂ ਕਰ ਸਕਦਾ, ਔਰ ਇਸ ਅਰਾਜਕਤਾ ਦੇ ਪਿੱਛੇ ਕਿਤੇ ਨਾ ਕਿਤੇ ਪੰਜਾਬ ਦੀ ਸਰਕਾਰ ਦੀ ਔਰ ਪੰਜਾਬ ਦੇ ਪੁਲਿਸ ਦੀ ਕਿਤੇ ਨਾ ਕਿਤੇ ਉਹਦੀ ਸ਼ਹਿ ਤੋਂ ਬਿਨਾਂ ਇਹ ਕੰਮ ਨਹੀਂ ਹੋ ਸਕਦੇ। ਔਰ ਜਿਹੜਾ ਇਹ ਜਿੰਨੀ ਇਹਦੀ ਨਿੰਦਾ ਕੀਤੀ ਜਾਵੇ ਉਨੀ ਘੱਟ ਹੈ। ਔਰ ਮੈਂ ਇਹ ਕਹਾਂਗਾ ਕਿ ਭਗਵੰਤ ਮਾਨ ਜੀ ਆਪਣਾ ਇਹ ਰਵੱਈਏ ਨੂੰ ਚੇਂਜ ਕਰੋ, ਹੁਣ ਲੋਕਾਂ ਨੂੰ ਚੁਟਕਲੇ ਸੁਣਾਉਣੇ ਬੰਦ ਕਰੋ, ਲੋਕਾਂ ਨੂੰ ਲੋਕ ਲੁਭਾਵਣੀਆਂ ਗੱਲਾਂ ਝੂਠੀਆਂ ਗੱਲਾਂ ਕਰਨੀਆਂ ਬੰਦ ਕਰੋ, ਹੁਣ ਲੋਕਾਂ ਨੂੰ ਜਿਹੜਾ ਆ ਸਹੀ ਰਾਜ ਦੇ ਮਾਇਨੇ ਕੀ ਆ ਉਹ ਸਮਝੋ ਅਤੇ ਰਾਜ ਕਰੋ, ਨਹੀਂ ਤਾਂ ਆਪਣਾ ਇਸ ਤੋਂ ਚੱਲਦਾ ਕਰੋ ਤਾਂ ਕਿ ਲੋਕ ਆਪਣੇ ਪੰਜਾਬ ਨੂੰ ਸੁਰੱਖਿਅਤ ਕਰਨ ਦੇ ਲਈ ਆਪਣਾ ਨਿਰਣਾ ਲੈ ਸਕਣ। ਪੰਜਾਬ ਦਿਨ ਪ੍ਰਤੀ ਦਿਨ ਅਰਾਜਕਤਾ ਵੱਲ ਵੱਧਦਾ ਜਾ ਰਿਹਾ। ਇੱਥੋਂ ਤੱਕ ਕਿ ਘਰ ਦੇ ਵਿੱਚ ਬੈਠਾ ਵਿਅਕਤੀ ਵੀ ਜਿਹੜਾ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝਦਾ। ਅੰਮ੍ਰਿਤਸਰ ਦੇ ਵਿੱਚ ਜਿਹੜਾ ਇੱਕ NRI ਆਪਣੇ ਘਰ 'ਚ ਬੈਠਾ ਸੀ, ਉਹਦੇ ਘਰ 'ਚ ਵੜ ਕੇ ਉਹਨੂੰ ਗੋਲੀਆਂ ਮਾਰੀਆਂ ਗਈਆਂ। ਇਹ ਆਪਣੇ ਆਪ 'ਚ ਦਰਸਾਉਂਦਾ ਕਿ ਜਿਹੜੇ ਅਪਰਾਧੀ ਜਿਹੜੇ ਆ ਉਹਨਾਂ ਦੇ ਕਿੰਨੇ ਹੌਸਲੇ ਬੁਲੰਦ ਹੈ। ਦਿਨ ਪ੍ਰਤੀ ਦਿਨ ਸ਼ਰੇਆਮ ਸੜਕਾਂ 'ਚ ਚੌਂਕਾਂ 'ਚ ਗੋਲੀ ਚਲਾਉਂਦੇ ਨੇ ਔਰ ਪੁਲਿਸ ਜਿਹੜੀ ਆ ਮੁੱਖ ਦਰਸ਼ਕ ਬਣ ਕੇ ਦੇਖ ਰਹੀ ਹੈ। ਔਰ ਮੈਂ ਜੇ ਕਹਾਂ ਕਿ ਇਹਦੇ ਵਿੱਚ ਬਿਨਾਂ ਸ਼ਹਿ ਤੋਂ ਕੋਈ ਇੰਨੀ ਹਿੰਮਤ ਨਹੀਂ ਕਰ ਸਕਦਾ, ਔਰ ਇਸ ਅਰਾਜਕਤਾ ਦੇ ਪਿੱਛੇ ਕਿਤੇ ਨਾ ਕਿਤੇ ਪੰਜਾਬ ਦੀ ਸਰਕਾਰ ਦੀ ਔਰ ਪੰਜਾਬ ਦੇ ਪੁਲਿਸ ਦੀ ਕਿਤੇ ਨਾ ਕਿਤੇ ਉਹਦੀ ਸ਼ਹਿ ਤੋਂ ਬਿਨਾਂ ਇਹ ਕੰਮ ਨਹੀਂ ਹੋ ਸਕਦੇ। ਔਰ ਜਿਹੜਾ ਇਹ ਜਿੰਨੀ ਇਹਦੀ ਨਿੰਦਾ ਕੀਤੀ ਜਾਵੇ ਉਨੀ ਘੱਟ ਹੈ। ਔਰ ਮੈਂ ਇਹ ਕਹਾਂਗਾ ਕਿ ਭਗਵੰਤ ਮਾਨ ਜੀ ਆਪਣਾ ਇਹ ਰਵੱਈਏ ਨੂੰ ਚੇਂਜ ਕਰੋ, ਹੁਣ ਲੋਕਾਂ ਨੂੰ ਚੁਟਕਲੇ ਸੁਣਾਉਣੇ ਬੰਦ ਕਰੋ, ਲੋਕਾਂ ਨੂੰ ਲੋਕ ਲੁਭਾਵਣੀਆਂ ਗੱਲਾਂ ਝੂਠੀਆਂ ਗੱਲਾਂ ਕਰਨੀਆਂ ਬੰਦ ਕਰੋ, ਹੁਣ ਲੋਕਾਂ ਨੂੰ ਜਿਹੜਾ ਆ ਸਹੀ ਰਾਜ ਦੇ ਮਾਇਨੇ ਕੀ ਆ ਉਹ ਸਮਝੋ ਅਤੇ ਰਾਜ ਕਰੋ, ਨਹੀਂ ਤਾਂ ਆਪਣਾ ਇਸ ਤੋਂ ਚੱਲਦਾ ਕਰੋ ਤਾਂ ਕਿ ਲੋਕ ਆਪਣੇ ਪੰਜਾਬ ਨੂੰ ਸੁਰੱਖਿਅਤ ਕਰਨ ਦੇ ਲਈ ਆਪਣਾ ਨਿਰਣਾ ਲੈ ਸਕਣ। देश दुनिया की हर खबर सबसे पहले देखने के लिए फॉलो करें दैनिक सवेरा TV, यूट्यूब, फेसबुक, इंस्टाग्राम, एक्स और व्हाट्सएप चैनल पर।